हाँ जी, सत श्रीकाल जी सारे। दोस्तों, तुम अब अखबारों के पढ़िया होना है कि जिहड़े बठिंडे थर्मल प्लांट के बंद करन दा सी लगातार विरोध कर रहे सी, प्रदर्शन कर रहे सी, उहनू अज सरकार ने जिहड़ी उहनू बंद करन ते लगी हुई है उहनू ढाउण दा टेंडर 132 करोड़ कीमत रख के राख भी उहनू जारी कर दिता। ये उही थर्मल प्लांट है जिन्हू सरकार इस करके बंद कर रही है। सरकार का कहना है कि जी ये तो बिजली बड़ी महंगी पैंदी है, असी तां करके इहनू बंद कर रहे हैं। जिन्हें टेक्नीकल बंदे है, इंजीनियर एसोसीएशन के प्रधान तक ने भी बड़े बारे गल कही है कि जे इहनू फुल कपैसिटी से चलाया जाए तो यह तो बिजली है जिहड़ी ओह जिन्नी असी रेटा से प्राइवेट थर्मल प्लांटा तो लै रहे हैं उतों इहदे च सस्ती पै सकती है। पर सरकार कहती है जी तो महंगी बहुत पैंदी है तां करके असी बंद कर रहे हैं। जे इहदे तो बिजली महंगी पैंदी सी तां इहदे ते कुछ साल पहला 737 करोड़ रुपया एक यूनिट तैयार करने लाया गया, ते उस तो बाद 100 घंटे भी नहीं चलिया 737 करोड़ रुपया लोगों दी जेबा चो कढ़ के लाने की जरूरत सी जे तो बिजली महंगी पैंदी है। जे बिजली तो महंगी पैण करके ही कारण है इहनू बंद करन दा, ਤਾਂ ਫਿਰ ਉਹਨਾਂ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਜਿਨ੍ਹਾਂ ਤੋਂ ਅਸੀਂ 9 ਰੁਪਏ 65 ਪੈਸੇ ਤੱਕ ਬਿਜਲੀ ਲੈ ਰਹੇ ਹਾਂ, ਜਿਨ੍ਹਾਂ ਨਾਲ ਬਾਦਲ ਕਹਿੰਦੇ ਮੋਟੇ ਕਮਿਸ਼ਨ ਲੈ ਕੇ 25-25 ਸਾਲਾਂ ਦੇ ਐਗਰੀਮੈਂਟ ਕਰ ਲਏ, ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਜਿਨ੍ਹਾਂ ਨੂੰ ਕਿਹਾ ਸੀ ਮੈਨੀਫੈਸਟੋ ਚ ਵੀ ਅਸੀਂ ਸਰਕਾਰ ਬਣ ਸਾ ਰੱਦ ਕਰਾਂਗੇ, ਫਿਰ ਮਹਿੰਗੀ ਤਾਂ ਉਹਨਾਂ ਤੋਂ ਪੈ ਰਹੇ ਹਾਂ, ਉਹ ਕਿਉਂ ਰੱਦ ਹੋ ਰਹੇ? ਆਹ ਪਿਛਲੇ ਦਿਨ ਹੀ ਅਖਬਾਰਾਂ ਦੀ ਖ਼ਬਰ ਸੀ, ਅਸੀਂ ਵੀ ਲਗਾਤਾਰ 3 ਸਾਲਾਂ ਤੋਂ ਕਹਿੰਦੇ ਆਉਂਦੇ ਹਾਂ ਕਿ ਸਾਡੇ ਗੁਆਂਢੀ ਸੂਬੇ ਸਾਨੂੰ 3 ਰੁਪਏ 94 ਪੈਸੇ ਨੂੰ ਬਿਜਲੀ ਦੇਣ ਨੂੰ ਤਿਆਰ ਨੇ ਪ੍ਰਤੀ ਯੂਨਿਟ। ਅਸੀਂ ਉੱਥੋਂ ਨਹੀਂ ਲੈ ਰਹੇ ਪਰ ਅਸੀਂ ਮਹਿੰਗੇ ਥਰਮਲ ਪਲਾਂਟਾਂ ਤੋਂ 9 ਰੁਪਏ 65 ਪੈਸੇ ਲੈ ਰਹੇ ਹਾਂ, ਉੱਥੋਂ ਨਹੀਂ ਸਾਨੂੰ ਮਹਿੰਗੀ ਪੈ ਰਹੀ। ਇੱਕੋ ਸਾਲ ਦੇ ਵਿੱਚ ਅਸੀਂ 4400 ਕਰੋੜ ਰੁਪਇਆ ਬਿਜਲੀ ਕੰਪਨੀਆਂ ਨੂੰ ਜਿੰਨੇ ਰੇਟ ਤੇ ਸਾਨੂੰ ਬਿਜਲੀ ਮਿਲ ਸਕਦੀ ਸੀ ਅਸੀਂ ਜ਼ਿਆਦਾ ਬਿਜਲੀ ਕੰਪਨੀਆਂ ਨੂੰ ਲੋਕਾਂ ਦੀ ਜੇਬਾਂ ਚੋਂ ਕੱਢ ਕੇ ਦੇ ਚੁੱਕੇ ਹਾਂ ਕਿ ਉਦੋਂ ਹੀ ਸਾਨੂੰ ਬਿਜਲੀ ਮਹਿੰਗੀ ਪੈਂਦੀ। ਇਸ ਤੋਂ ਇਲਾਵਾ ਵੀ ਜੇ ਥਰਮਲ ਪਲਾਂਟ ਇਹਨਾਂ ਨੇ ਮਿਥੀ ਲਿਆ ਸੀ ਕਿ ਬੰਦ ਕਰਨਾ ਤਾਂ ਘੱਟੋ ਘੱਟ 1 ਯੂਨਿਟ ਅੱਜ ਵੀ ਅਖਬਾਰ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੀ PSEB ਇੰਜੀਨੀਅਰ ਐਸੋਸੀਏਸ਼ਨ ਹੈ ਉਹਨਾਂ ਨੇ ਵੀ ਕਿਹਾ ਵੀ ਤੁਸੀਂ 100 ਯੂਨਿਟ ਦਾ ਜਿਹੜਾ ਸੋਲਰ ਪਲਾਂਟ ਤੁਸੀਂ ਉੱਥੇ ਚੱਲਦਾ ਰੱਖ ਲਓ ਤੇ 7 ਯੂਨਿਟ ਦਾ ਜਿਹੜੀ ਸਾਡੇ ਮਾਲਵੇ ਚ ਵੈਸੇ ਬੜੀ ਵੱਡੀ ਸਮੱਸਿਆ ਹੈ ਕਿ ਪਰਾਲੀ ਨੂੰ ਜਦੋਂ ਅੱਗ ਲਾਉਂਦੇ ਆ ਪੋਲੂਸ਼ਨ ਹੁੰਦਾ, ਧੂੰਆਂ ਫੈਲਦਾ, ਨਾਲੇ ਵੈਸੇ ਲੋਕਾਂ ਨੂੰ ਬਿਮਾਰੀਆਂ ਲੱਗਦੀਆਂ, ਕਿ 1 ਯੂਨਿਟ ਬੋਰਡ ਆਫ ਡਾਇਰੈਕਟਰਸ ਨੇ ਵੀ ਇਹ ਥਰਮਲ ਪਲਾਂਟ ਦੇ ਆਨੇ ਸਰਕਾਰ ਨੂੰ ਮਤਾ ਪਾ ਕੇ ਭੇਜਿਆ ਸੀ ਕਿ 1 ਯੂਨਿਟ ਇਹਦੀ ਚੱਲਦੀ ਰੱਖ ਲਓ, 60 ਮੈਗਾਵਾਟ ਬਿਜਲੀ ਹੈ ਉੱਥੋਂ ਜਿਹੜੀ ਹੈ ਪ੍ਰਾਪਤ ਹੋ ਸਕਦੀ ਸੀ। ਪਰ ਉਹ ਨਹੀਂ ਕੀਤਾ, ਪੋਲੂਸ਼ਨ ਕੰਟਰੋਲ ਕਰਨ ਬਾਰੇ ਸੋਚਿਆ ਕਿਉਂਕਿ ਸਰਕਾਰ ਦੀ ਨੀਅਤ ਹੀ ਹੈ ਨਹੀਂ, ਨੀਅਤ ਹੀ ਜਦੋਂ ਦੀ ਸਰਕਾਰ ਆਈ ਹੈ ਲੋਕਾਂ ਨੂੰ ਲੁੱਟਣ ਤੇ ਲੱਗੀ ਹੋਈ ਹੈ, ਭਾਵੇਂ ਉਹ ਜਿੰਨੇ ਮਾਫੀ ਹੋਣ ਮਾਈਨਿੰਗ ਦਾ ਹੋਵੇ ਐਕਸਾਈਜ਼ ਦਾ ਹੋਵੇ, ਕਦੇ ਲੋਕਾਂ ਦੇ ਹਿੱਤ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੀਤੀ ਨਹੀਂ। ਸੋ ਇਸੇ ਕਰਕੇ ਨਾ ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਪੰਜਾਬ ਦੇ ਲੋਕੋ, ਭਾਵੇਂ ਤੁਸੀਂ ਅਕਾਲੀ ਹੋ ਭਾਵੇਂ ਕਾਂਗਰਸੀ ਹੋ, ਇਹ ਜਿਹੜਾ 4400 ਕਰੋੜ ਗਿਆ, ਇਹ ਜਿਹੜਾ 737 ਕਰੋੜ ਰੁਪਇਆ ਥਰਮਲ ਤੇ ਲੱਗਿਆ ਸੀ, ਇਹ ਇਕੱਲੇ ਆਮ ਆਦਮੀ ਪਾਰਟੀਆਂ ਦਾ ਤਾਂ ਲੱਗਿਆ ਨਹੀਂ ਸੀ, ਇਹਦੇ ਚ ਸਾਰੇ ਲੋਕਾਂ ਦੇ ਪੈਸੇ ਜਾ ਰਹੇ ਆ, ਸਾਰੇ ਲੋਕਾਂ ਦੀਆਂ ਜੇਬਾਂ ਚੋਂ ਜਿਹੜੀ ਕਮਾਈ ਜਾ ਰਹੀ ਹੈ। ਇਸੇ ਕਰਕੇ ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਆਪਾਂ ਤਕੜੇ ਹੋ ਕੇ ਦਿਮਾਗ ਤੋਂ ਕੰਮ ਲੈ ਕੇ ਇਹਨਾਂ ਲੋਕਾਂ ਦਾ ਵਿਰੋਧ ਕਰੀਏ, ਤੇ ਆਮ ਆਦਮੀ ਪਾਰਟੀ ਵੀ ਲਗਾਤਾਰ ਇਸ ਦਾ ਵਿਰੋਧ ਹੈ ਜਿਹੜੀ ਉਹ ਕਰਦੀ ਆਈ ਹੈ। ਅੱਜ ਵੀ ਸਾਡੇ ਜਿਹੜੇ MLA ਗੁਰਜਿੰਦਰ ਕੌਰ ਜੀ ਉੱਥੇ ਪਹੁੰਚਣਗੇ, ਤੇ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਸਰਕਾਰ ਜਿਹੜੀ ਲੋਕਾਂ ਨੂੰ ਲੁੱਟਣ ਤੇ ਲੱਗੀ ਹੋਈ ਹੈ, ਪਲਾਂਟ ਦੇ ਜਿਹੜੇ ਬੰਦ ਕਰਨ ਤੇ ਲੱਗੀ ਹੋਈ ਹੈ, ਸਾਡਾ ਵਿਰੋਧ ਹੈ ਜਿਹੜਾ ਇਸੇ ਤਰ੍ਹਾਂ ਜਾਰੀ ਰਹੇਗਾ।